ਪੰਜਾਬ ਪਟਵਾਰੀ ਦੇ ਪੇਪਰ ਦੀ ਤਿਆਰੀ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਇਸ ਚੈਨਲ ਉੱਤੇ ਫ੍ਰੀ ਦੇ ਵਿੱਚ ਪੰਜਾਬ ਪਟਵਾਰੀ ਦੇ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ ਇਸ ਵੀਡੀਓ ਵਿੱਚ ਮੈਂ ਪੰਜਾਬੀ ਵਿਆਕਰਨ ਦਾ ਨੈਕਸਟ ਪਾਰਟ ਲੈ ਕੇ ਆਇਆ ਹਾਂ ਮੋਸਟ ਇੰਪੋਰਟੈਂਟ ਕੁਐਸਚਨਸ ਆ ਰਹੇ ਈ ਧਿਆਨ ਨਾਲ ਦੇਖਿਓ ਤੇ ਪੰਜਾਬੀ ਗ੍ਰਾਮਰ ਨੂੰ ਤੁਸੀਂ ਲਾਈਟਲੀ ਨਾ ਲਓ ਕਿਉਂਕਿ ਇਸ ਦੇ 10 ਨੰਬਰ ਦੀ ਤੁਹਾਨੂੰ ਇਹ ਆਉਣੀ ਹੈ ਤਾਂ 10 ਦੇ 10 ਨੰਬਰ ਤੁਹਾਡੇ ਸਹੀ ਹੋਣੇ ਚਾਹੀਦੇ ਆ ਸੋ ਲਾਈਟਲੀ ਬਿਲਕੁਲ ਵੀ ਨਾ ਲਓ ਪੰਜਾਬੀ ਗ੍ਰਾਮਰ ਨੂੰ ਵੀ ਪ੍ਰੋਪਰ ਟਾਈਮ ਦਿਓ ਤੇ ਕੱਲ ਨੂੰ ਸਵੇਰੇ 8 ਵਜੇ ਤੁਹਾਡਾ ਮੌਕ ਟੈਸਟ ਪੈ ਜਾਣਾ ਸੰਡੇ ਨੂੰ ਸਾਰਿਆਂ ਨੇ ਮੌਕ ਟੈਸਟ ਦੇਣਾ ਹੈ ਉਸ ਦੇ ਲਈ ਵੀ ਤਿਆਰ ਰਹੋ ਸਾਰੇ ਜਾਣੇ ਚਲੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਫਰਸਟ ਕੁਐਸਚਨ ਹੈ ਉੱਲੂ ਸ਼ਬਦ ਦਾ ਲਿੰਗ ਬਦਲ ਕੇ ਲਿਖੋ ਉੱਲੂ ਸ਼ਬਦ ਦਾ ਲਿੰਗ ਬਦਲ ਕੇ ਕੀ ਲਿਖ ਸਕਦੇ ਆਂ ਸੋਚੋ ਅਨਸਰ ਇਸ ਵੀਡੀਓ ਨੂੰ ਮੌਕ ਟੈਸਟ ਦੀ ਤਰ੍ਹਾਂ ਲੈ ਸਕਦੇ ਹੋ ਤੁਸੀਂ ਐਂਡ ਦੇ ਵਿੱਚ ਮੁੰਦਾ ਸਕਦੇ ਹੋ ਤੁਹਾਡੇ ਕਿੰਨੇ ਆਨਸਰ ਸਹੀ ਹੋਏ ਨੈਕਸਟ ਕੁਐਸਚਨ ਹੈ ਸੌਰੀ ਸਹੀ ਆਨਸਰ ਹੈ ਬਤੋਰੀ অপਸ਼ਨ ਡੀ ਸੁੰਘੜਨਾ ਸ਼ਬਦ ਦਾ ਉਲਟ ਸ਼ਬਦ ਦੱਸੋ ਸੁੰਘੜਨਾ ਸ਼ਬਦ ਦਾ ਉਲਟ ਸ਼ਬਦ ਕੀ ਹੈ ਦੱਸੋ ਕੀ ਹੋ ਸਕਦਾ ਹੈ ਆਨਸਰ ਇਸ ਦਾ ਸਹੀ ਆਨਸਰ ਹੈ ਖਿੱਲਰਨਾ ਤੇ ਤੁਸੀ ਡਾਊਟ ਨਹੀਂ ਹੋਣਾ ਸੁਗੜਨਾ ਤੇ ਵਧਣਾ ਵੀ ਹੋ ਸਕਦਾ ਹੈ ਤੁਹਾਡੇ ਮਨ ਚ ਆਇਆ ਹੋਣਾ ਕਿ ਵਧਣਾ ਵੀ ਹੋ ਸਕਦਾ ਆਨਸਰ ਵਧਣੇ ਦਾ ਵਧਣਾ ਹੁੰਦਾ ਹੈ ਘਟਣੇ ਦਾ ਉਲਟਾ ਤੇ ਸੁਗੜਨਾ ਦਾ ਉਲਟਾ ਹੋਏਗਾ ਖਿੱਲਰਨਾ ਧਿਆਨ ਰੱਖਿਓ ਪੇਪਰ ਵਿੱਚ ਇਸ ਤਰੀਏ ਦੋਨੋਂ ਘੁਮਾਫਰਾ ਕੇ ਕੁਐਸਚਨ ਪੁੱਛਣੇ ਆ ਸੋ ਤੁਸੀਂ ਪੂਰਾ ਐਨ ਦਿਮਾਗ ਲਾ ਕੇ ਆਨਸਰ ਦੇਣਾ ਹੈ ਉੱਲੂ ਬੋਲਣੇ ਦਾ ਅਰਥ ਹੈ ਉੱਲੂ ਬੋਲਣੇ ਦਾ ਕੀ ਅਰਥ ਹੈ ਰਾਈਟ ਆਨਸਰ ਹੋ ਜੇਗਾ ਉਜਾੜ ਹੋਣੀ অপਸ਼ਨ ਸੀ ਨੈਕਸਟ ਕੁਐਸਚਨ ਹੈ ਮਿਠਾਸ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਕਿਹੜੀ ਕਿਸਮ ਹੈ ਨਾਮ ਦੀ ਇਸ ਦਾ ਸਹੀ ਅੰਤਰ ਹੋ ਜੇਗਾ ਪਾਵਵਾਚਕ ਨਾਮ ਅਗਲਾ ਕੁਐਸਚਨ ਖੱਡ ਸ਼ਬਦ ਦਾ ਬਹੁਵਚਨ ਕੀ ਹੈ ਖੱਡ ਸ਼ਬਦ ਦਾ ਬਹੁਵਚਨ ਦੱਸੋ ਲਾਈਕ ਤੇ ਕਮੈਂਟ ਜਰੂਰ ਕਰਦੇ ਆ ਕਰੋ ਵੀਡੀਓ ਤੇ ਕਿਉਂਕਿ ਫਰੀ ਦੇ ਵਿੱਚ ਅਸੀਂ ਤੁਹਾਨੂੰ ਤਿਆਰੀ ਕਰਵਾ ਰਹੇ ਹਾਂ ਸਿਰਫ ਤੁਸੀਂ ਲਾਈਕ ਕਮੈਂਟ ਕਰਨਾ ਹੈ ਤੇ ਵੀਡੀਓ ਨੂੰ ਸ਼ੇਅਰ ਕਰਨਾ ਹੈ ਖੱਡਾ অপਸ਼ਨ ડી ਕਾਰਕ ਕਿੰਨੀ ਕਿਸਮ ਦੇ ਹੁੰਦੇ ਹਨ ਕਾਰਕ ਕਿੰਨੀ ਕਿਸਮ ਦੇ ਹੁੰਦੇ ਆ ਤੇ ਮੈਨੂੰ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਪੇਡ ਕੋਰਸ ਵੀ ਦਿੰਦੇ ਹੋ ਜੀ ਨਹੀਂ ਸਾਡਾ ਕੋਈ ਵੀ ਪੇਡ ਕੋਰਸ ਨਹੀਂ ਹੈ ਅਸੀਂ ਬਸ ਇੱਕ ਸੇਵਾ ਹੀ ਕਰ ਰਹੇ ਹਾਂ ਫ੍ਰੀ ਦੇ ਵਿੱਚ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅਸੀਂ ਫ੍ਰੀ ਦੇ ਵਿੱਚ ਹੀ ਪੜਾਵਾਂਗੇ ਤੁਹਾਨੂੰ ਜਿੰਨਾ ਵੀ ਮੇਰੇ ਤੋਂ ਹੋ ਸਕਿਆ ਮੈਂ ਉਹਨਾ ਤੁਹਾਡੇ ਵਾਸਤੇ ਐਫਰਟਸ ਕਰੂੰਗਾ ਬਸ ਤੁਸੀਂ ਸ਼ੇਅਰ ਜ਼ਰੂਰ ਕਰਦੇ ਹੋ ਕਰੋ ਵੀਡੀਓ ਨੂੰ ਨੈਕਸਟ ਕੁਐਸਚਨ ਪੁਰਖਵਾਜਕ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਰਾਈਟ ਆਨਸਰ ਆਪਸ਼ਨ ਬੀ ਤਿੰਨ ਨੈਕਸਟ ਕੁਐਸਚਨ ਹੈ ਅੱਖਰਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਅੱਖਰਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਲਿਪੀ ਆਪਸ਼ਨ ਸੀ ਇਸ ਦਾ ਸਹੀ ਆਨਸਰ ਹੋ ਜਾਏਗਾ ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ ਕਿਹੜੀ ਭਾਸ਼ਾ ਜਨਮਦਾਤੀ ਪੰਜਾਬੀ ਭਾਸ਼ਾ ਦੀ ਸੰਸਕ੍ਰਿਤ অপਸ਼ਨ ਡੀ ਆਕਾਸ਼ ਸ਼ਬਦ ਦਾ ਉਲਟ ਭਾਬੀ ਚੁਣੋ ਆਕਾਸ਼ ਸ਼ਬਦ ਦਾ ਉਲਟ ਭਾਬੀ ਆਕਾਸ਼ ਦਾ ਉਲਟ ਪਤਾਲ অপਸ਼ਨ ਏ ਸਹੀ ਆਨਸਰ ਹੋ ਜਾਏਗਾ ਇਸਤਰੀ ਦਾ ਸਮਾਨਾਰਥਕ ਹੈ ਰਾਈਟ ਆਨਸਰ ਹੋ ਜਾਏਗਾ ਤੀਵੀ অপਸ਼ਨ ਡੀ ਉਸਤਾਦੀ ਕਰਨੀ ਮੁਹਾਵਰੇ ਦਾ ਅਰਥ ਹੈ ਚਲਾਕੀ ਕਰਨੀ অপਸ਼ਨ ਸੀ ਇਸ ਦਾ ਸਹੀ ਆਨਸਰ ਹੋਏਗਾ ਅਗਲਾ ਕੁਐਸਚਨ ਹੈ ਸ਼ੁੱਧ ਸ਼ਬਦ ਜੋੜ ਚੁਣੋ ਰਾਈਟ ਆਨਸਰ ਹੋ ਜਾਏਗਾ অপਸ਼ਨ D ਉਹ গুণ ਚਿੱਟੀ ਦਾੜੀ ਵਾਲਾ ਸ਼ਬਦ ਤੋਂ ਸਮਾਸੀ ਸ਼ਬਦ ਬਣਾਓ ਚਿੱਟਾ ਦੜੀਆ ਥਾਣਿਓਂ ਜਾਣਾ ਦਾ ਅਰਥ ਹੈ ਰਾਈਟ ਆਨਸਰ ਆ ਕਬਰ ਆ ਜਾਣਾ অপਸ਼ਨ ਸੀ ਨੈਕਸਟ ਕੁਐਸ਼ਨ ਬਹੁਤ ਗੋਰੀ ਸ਼ਬਦ ਹੇਠ ਲਿਖਿਆਂ ਵਿੱਚੋਂ ਕੀ ਹੈ ਬਹੁਤ ਗੋਰੀ ਕੀ ਹੈ ਨਾ ਵਿੱਚੋਂ ਗੁਣ ਗੁਣਵਾਚਕ ਵਿਸ਼ੇਸ਼ਣ অপਸ਼ਨ ਡੀ ਸਹੀ ਆਨਸਰ ਹੈ ਇਸ ਦਾ ਉਹ ਦਿਨ ਡੁੱਬਾ ਡੈਸ਼ ਖਾਨ ਨੂੰ ਪੂਰੀ ਕਰੋ ਜਦ ਕੋੜੀ ਚੜਿਆ ਕੁੱਬਾ ਇਸ ਦਾ ਸਹੀ ਆਨਸਰ ਇਹ ਹੋਏਗਾ ਨੈਕਸਟ ਕੁਐਸਚਨ ਬਾਕਾਂ ਵਿੱਚ ਪੜਨਾਮ ਵਰਤਣ ਨਾਲ ਕੀ ਲਾਭ ਹੁੰਦਾ ਹੈ ਸੋ ਟੂ ਅਨਸਰ ਇਜ਼ ਦਾ ਇਸ ਦਾ ਅਨਸਰ ਮੈਨੂੰ ਤੁਸੀਂ ਕਮੈਂਟ ਕਰਕੇ ਦੱਸੋ ਪੜ ਲੋ ਤੇ ਆ ਨਾਲ ਕੁਐਸਚਨ ਤੇ ਆਪਸ਼ਨਸ ਤੇ ਕਮੈਂਟ ਕਰਕੇ ਦੱਸੋ 18ਵਾਂ ਕੁਐਸਚਨ ਦਾ ਅਨਸਰ ਕੀ ਹੋ ਸਕਦਾ ਹੈ ਪੰਜਾਬੀ ਵਿੱਚ ਸੰਖਿਆ ਵਿਸ਼ੇਸ਼ਣ ਕਿੰਨੇ ਰੂਪ ਵਿੱਚ ਮੰਨੇ ਗਏ ਹਨ ਸੰਖਿਆ ਵਿਸ਼ੇਸ਼ਣ ਕਿੰਨੇ ਹੁੰਦੇ ਆ ਰਾਈਟ ਆਨਸਰ ਹੋ ਜਾਏਗਾ 6 অপਸ਼ਨ A ਨੈਕਸਟ ਕੁਐਸਚਨ ਹੈ ਸਿਆਣਾ ਵਿਦਿਆਰਥੀ ਹੇਠ ਲਿਖਿਆਂ ਵਿੱਚੋਂ ਕੀ ਹੈ ਸਿਆਣਾ ਵਿਦਿਆਰਥੀ ਕੀ ਹੈ ਇਹਨਾਂ ਵਿੱਚੋਂ ਸੋਚੋ ਅਨਸਰ ਦਾ ਰਾਈਟ ਆਨਸਰ ਹੋ ਜੇਗਾ ਗੁਣਵਾਚਕ ਵਿਸ਼ੇਸ਼ਣ অপਸ਼ਨ ਬੀ ਕਿ ਬਦਿਆਰਥੀ ਸਿਆਣਾ ਹੈ ਇਹ ਉਸਦਾ ਗੁਣ ਹੈ ਸੋ ਗੁਣਵਾਚਕ ਵਿਸ਼ੇਸ਼ਣ ਇਸਦਾ ਸਹੀ ਆਨਸਰ ਹੋ ਜੇਗਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਕੱਲ ਨੂੰ ਸਵੇਰੇ 8 ਵਜੇ ਮੌਕ ਟੈਸਟ ਪੈ ਜਾਣਾ ਤੁਹਾਡਾ ਸੈਕੰਡ ਮੌਕ ਟੈਸਟ ਤੇ ਮੌਕ ਟੈਸਟ ਦੀ ਵੀ ਮੈਂ ਪਲੇਲਿਸਟ ਬਣਾਈ ਹੋਈ ਹੈ ਪਲੇਲਿਸਟ ਵਿੱਚ ਜਾ ਕੇ ਤੁਸੀਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਅਲੱਗ-ਅਲੱਗ ਪਲੇਲਿਸਟ ਬਣੀ ਹੋਈ ਹੈ ਚੈਨਲ ਦੇ ਆਈਕਨ ਦੇ ਉੱਤੇ ਕਲਿੱਕ ਕਰਕੇ ਤੁਸੀਂ ਪਲੇਲਿਸਟ ਦੇਖ ਸਕਦੇ ਹੋ ਤੇ ਆਪਣੀ ਤਿਆਰੀ ਵਧੀਆ ਕਰਦੇ ਰਹੋ ਤੁਹਾਨੂੰ ਪਤਾ ਹੀ ਹੈ ਪੇਪਰ 2 ਮਈ ਨੂੰ ਹੈ ਅਫੀਸ਼ੀਅਲ ਵੀ ਆ ਗਿਆ ਹੁਣ ਪੀਟਰੀਪਲਸ ਬੋਰਡ ਦੀ ਵੈਬਸਾਈਟ ਤੇ ਤੋਂ ਤੁਸੀਂ ਤਿਆਰੀ ਆਪਣੀ ਕਰਦੇ ਰਹੋ ਤਾਂ ਜੋ ਤੁਹਾਨੂੰ ਇਹ ਨੌਕਰੀ ਮਿਲ ਸਕੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦ